एक मिनट भाज पे जा था गए ओ पर लो की ना आया थोड़ा मिस्टर ने की आया से हाथ में ए मशीन ते आ गया कितना आ गया सी काम कर दे केडी जगह काम कर दे ए 14 नंबर फैक्ट्री ਕਿੰਨੀ ਦੇਰ ਤੋਂ ਕੰਮ ਕਰਦੇ ਪਏ ਸੀ ਤੁਸੀਂ ਉੱਥੇ ਹੋ ਗਏ 3 ਕੁ ਮਹੀਨੇ ਅੱਛਾ ਤੇ ਕੀ ਪੱਕਿਆ ਕੀਤਾ ਸੀ ਜਾਂ ਹਜੇ ਕੱਚੇ ਤੌਰ ਤੇ ਸੀ ਹਜੇ ਕੱਚੇ ਤੌਰ ਤੇ ਅੱਛਾ ਤੇ ਜਦੋਂ ਇਲਾਜ ਸ਼ੁਰੂ ਕੀਤਾ ਜਿਹੜਾ ਤੁਹਾਡਾ ਕਾਰਡ ਹੈ ਉਹ ਪਹਿਲੇ ਤਾਂ ਬਣਿਆ ਸੀ ਕਿ 23 ਤਰੀਕ ਨੂੰ ਬਣਾਇਆ ਇਹ ਹੁਣ ਜੇ ਇਹਨਾਂ ਨੇ ਬਣਾਇਆ ਪਹਿਲਾਂ ਨਹੀਂ ਬਣਾਇਆ ਅੱਛਾ ਪਹਿਲਾਂ ਨਹੀਂ ਬਣਾਇਆ ਠੀਕ ਹੈ ਤੋ ਹੁਣ ਕੋਈ ਉਹਨਾਂ ਨੇ ਫੈਕਟਰੀ ਵਾਲਿਆਂ ਨੇ ਕੋਈ ਮਦਦ ਕੀਤੀ ਤੁਹਾਡੀ ਨਾ ਕੋਈ ਨਹੀਂ ਕੀਤੀ ਕੋਈ ਮਦਦ ਨਹੀਂ ਕੀਤੀ ਤੁਹਾਡੀ ਮੰਗ ਕੀ ਆ ਸਾਡੀ ਮੰਗ ਇਹ ਹੀ ਉਹਨਾਂ ਨੂੰ ਕਿੱਦਾਂ ਦਾ ਮਤਲਬ ਕਿ ਠੀਕ ਜੇ ਹੁਣ ਛੁੱਟੀ ਲੈਣ ਦੇ ਕਾਬਿਲ ਜੇ ਜਾਂ ਕਿੱਦਾਂ ਭਾਈ ਨੂੰ ਕਰਦੇ ਅਜੇ ਠੀਕ ਨਹੀਂ ਹਜੇ ਠੀਕ ਨਹੀਂ ਨਾ ਦਰਦ ਕਰਦੀ ਜੀ ਮੈਂ ਅੱਛਾ ਹਾਂਜੀ ਕਿੰਨੀ ਤਰੀਕ ਨੂੰ ਐਕਸੀਡੈਂਟ ਹੋਇਆ ਸੀ ਤੁਹਾਡਾ ਪੁਲਿਸ ਪ੍ਰਸ਼ਾਸਨ ਨੂੰ ਕੰਪਲੇਂਟ ਕੀਤੀ ਹੈ ਪਤਾ ਤੁਹਾਨੂੰ ਫੈਕਟਰੀ ਵਿੱਚ ਸਾਨੂੰ ਸੁਣਾ ਆਇਆ ਸਾਨੂੰ ਕੋਈ ਪਤਾ ਨਹੀਂ ਘਰ ਬੈਠੇ ਹਾਂ ਚੰਗਾ ਭਲਾ ਘਰੋਂ ਗਿਆ ਰੋਟੀ ਰੂਟੀ ਨਾਲ ਖੜੀ ਤੇ ਸਾਨੂੰ 12 ਵਜੇ ਸਾਡਾ ਭਨੇਵਾ ਜਵਾਈ ਆ ਉਹ ਸਾਨੂੰ ਸੁਣਾ ਦੇ ਗਿਆ ਕਿ ਸੋਨੂੰ ਦੀ ਸੱਟ ਲੱਗ ਗਈ ਉਹਨੇ ਸਾਨੂੰ ਵੱਢੀ ਤਾਂ ਨਹੀਂ ਗਿਆ ਵੱਢੀ ਗਈ ਉਹ ਮੈਨੂੰ ਲੈ ਕੇ ਗਿਆ ਅਸੀਂ ਆਏ ਇੱਥੇ ਇਹ 23 ਹੀ ਉਸ ਦਿਨ ਹੀ ਉਹਦਾ ਹਾਦਸਾ ਹੋਇਆ ਉਸ ਤੋਂ ਬਾਅਦ ਇਹਨਾਂ ਅਗਲੇ ਦਿਨ ਵੀ ਰੱਖ ਛੱਡਿਆ ਹਸਪਤਾਲ ਵਿੱਚ ਅਤੇ 3 ਵਜੇ ਜਾ ਕੇ 24 ਨੂੰ ਇਹਦਾ ਤੁਸੀਂ ਹੁਣ ਤੁਹਾਨੂੰ ਛੁੱਟੀ ਦੇ ਰਹੇ ਆ ਕੀ ਕਹਿ ਰਹੇ ਸਾਨੂੰ ਸਾਨੂੰ ਕੋਈ ਨਹੀਂ ਇਨਸਾਨ ਦੇ ਰਿਹਾ ਸਾਨੂੰ ਆਉਂਦੇ ਸਾਨੂੰ ਨਹੀਂ ਦੇਣੇ ਮੈਂ ਡਾਕਟਰ ਹਰੀਸ਼ ਸ਼ਰਮਾ ਹੀਰਾ ਰਾਸ਼ਟਰੀ ਪ੍ਰੈਜ਼ੀਡੈਂਟ ਮਾਨਵ ਅਧਿਕਾਰ ਸੰਘਰਸ਼ ਕਮੇਟੀ ਹਿਊਮਨ ਰਾਈਟਸ ਫੈਕਟਰੀ ਸਾਡੇ ਕੋਲ ਮਾਮਲਾ ਆਇਆ ਜੀ ਸੋਨੂ ਦਾ ਬ੍ਰਦਰ ਆ ਜੀ ਰਿੰਕੂ ਉਹਨੇ ਸਾਨੂੰ ਹਲਕੀਆ ਬਿਆਨ ਦਿੱਤਾ ਹੈ ਜੀ ਉਹਦਾ ਬ੍ਰਦਰ ਜਿਹੜਾ ਉਹਦੀ ਸ਼ਾਲੀਮਾਰ ਫੈਕਟਰੀ ਆ ਜੀ ਫੋਕਲ ਪੁਆਇੰਟ ਉੱਥੋਂ ਦੇ ਮਾਲਕ ਰਜੀਵ ਕੁਮਾਰ ਨੇ ਉਹਨਾਂ ਦੀ ਫੈਕਟਰੀ ਉਹਦੀ ਬਾਂਹ ਆ ਗਈ ਹੈ ਜੀ 23 ਦੀ ਬਾਜੂ ਉਹਦੀ ਆਈ ਹੈ ਜੀ ਜਦਕਿ ਫੈਕਟਰੀ ਮਾਲਕ ਇਹਨਾਂ ਨੂੰ ਕਹਿੰਦੇ ਜੀ ਤੁਸੀਂ 24 ਦੇ ਕਹੋ ਜੀ 24 ਨੂੰ ਬਾਂਹ ਆਈ ਹੈ ਔਰ ਇਹਨਾਂ ਨੂੰ ਉਹ ਫੈਕਟਰੀ ਮਾਲਕ ਧਮਕੀਆਂ ਦੇ ਰਿਹਾ ਪੇਸ਼ੈਂਟ ਜਿਹੜਾ 23 ਦਾ ਇੱਥੇ ਐਡਮਿਟ ਆ ਸਾਡੇ ਕੋਲ ਹਲਫੀਆ ਬਿਆਨ 'ਚ 23 ਦਾ ਐਡਮਿਟ ਹੈ ਜੀ ਮੈਦਾਨ ਹਸਪਤਾਲ ਮਾਲਕ ਕਹਿ ਰਿਹਾ ਜੀ 24 ਦਾ ਕਹੋ ਜਦਕਿ ਹੋਸਪਿਟਲ ਜ਼ਬਰਦਸਤੀ ਉਹਨਾਂ ਨੂੰ ਡਿਸਚਾਰਜ ਕਰ ਰਿਹਾ ਔਰ ਨਾ ਹੀ ਕੋਈ ਉਹਨਾਂ ਨੂੰ ਕਾਗਜ਼ ਪੱਤਰ ਦੇ ਰਿਹਾ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਹਾਂ ਵੀ ਇਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਇਹਨੂੰ ਇਨਸਾਫ਼ ਦਵਾਇਆ ਜਾਵੇ ਇਸ ਸੰਬੰਧ 'ਚ ਇਹਨਾਂ ਨੇ ਕਮਿਸ਼ਨਰ ਸਾਹਿਬ ਨੂੰ ਵੀ ਕੰਪਲੇਂਟ ਦਿੱਤੀ ਹੈ ਜਿਹੜੀ ਉਹਨਾਂ ਨੇ ADCP ਸਿਟੀ 2 ਨੂੰ ਮਾਰਕ ਕਰਤੀ ਹੈ ਜੀ ਮਲਿਕ ਸਾਹਿਬ ਨੂੰ ਜੇ ਇਨਸਾਫ਼ ਨਾ ਮਿਲਿਆ ਸੰਘਰਸ਼ ਤੇਜ਼ ਕਰਾਂਗੇ ਸੰਘਰਸ਼ ਤੇਜ਼ ਜੇ ਧਰਨਾ ਦੇਣਾ ਪਿਆ ਤਾਂ ਧਰਨਾ ਵੀ ਦੇਣਾ ਪਾਵਾਂਗੇ ਜਿਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਜੀ ਔਰ ਫੈਕਟਰੀ ਮਾਲਕ ਹੋਏਗਾ ਤੁਹਾਡੇ ਵੱਲੋਂ ਤੁਹਾਡੀ ਅਸੀਂ ਫੈਕਟਰੀ ਮਾਲਕ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਉਹਨੇ ਸੁੱਚ ਬੰਦ ਕੀਤਾ ਜੀ ਇਸ ਟੋਪਿਕ 'ਤੇ ਸਾਡੀ ਉਹਦੇ ਨਾਲ ਕੋਈ ਗੱਲ ਨਹੀਂ ਹੋਈ ਇਹ ਖੁਦ ਸੋਨੂ ਦੇ ਬ੍ਰਦਰ ਜਿਹੜੇ ਰਿੰਕੂ ਆ ਉਹਨਾਂ ਨੇ ਗੱਲਬਾਤ ਕੀਤੀ ਆ ਉਹਨਾਂ ਨੂੰ ਅੱਗੋਂ ਧਮਕੀਆਂ ਦਿੰਦਾ ਜੀ ਅਸੀਂ ਫੈਕਟਰੀ ਮਾਲਕ ਨੂੰ ਵੀ ਕਹਿਣਾ ਚਾਹੁੰਦੇ ਹਾਂ ਵੀ ਜੋ ਉਹਦਾ ਗਰੀਬ ਦਾ ਹਰਜਾਨਾ ਹੋਇਆ ਜੀ ਉਹਦਾ ਇਲਾਜ ਕਰਵਾ ਉਹਨਾਂ ਨੂੰ ਜੋ ਬੰਦਾ ਦਿਓ ਸਾਰੀ ਉਮਰ ਦਾ ਉਹ ਨਕਾਰਾ ਹੋ ਗਿਆ ਹਸਪਤਾਲ ਦੇ ਜਿਹੜੇ ਡਾਕਟਰ ਨੇ ਉਹ ਇਹਨਾਂ ਨੂੰ ਰਿਕਾਰਡ ਨਹੀਂ ਦੇ ਰਹੇ ਅੱਗੋਂ ਉਹ ਵੀ ਧਮਕੀਆਂ ਦਿੰਦੇ ਜੀ ਅਸੀਂ ਮਰੀਜ਼ ਨੂੰ ਬਾਹਰ ਸੁੱਟ ਦਾਂਗੇ
ਹਸਪਤਾਲ ਵਾਲਿਆਂ ਨੂੰ ਵੀ ਅਸੀਂ ਚੈਲੰਜ ਕਰਦੇ, ਤੁਸੀਂ ਮਰੀਜ਼ ਨੂੰ ਬਾਹਰ ਸੁੱਟ ਕੇ ਤੇ ਦੇਖੋ, ਅਸੀਂ ਤੇਰੇ ਬੂਹੇ ਅੱਗੇ ਧਰਨਾ ਲਾਵਾਂਗੇ, ਫੈਕਟਰੀ ਮਾਲਕ ਦੇ ਬੂਹੇ ਅੱਗੇ ਤੇ ਲਾਵਾਂਗੇ, ਜੇ ਇਹਨਾਂ ਨੂੰ ਇਨਸਾਫ ਨਾ ਮਿਲਿਆ ਧਰਨਾ ਜ਼ਰੂਰ ਲਾਵਾਂਗੇ। ਪੁਲਿਸ ਪ੍ਰਸ਼ਾਸਨ ਨੂੰ ਹਜੇ ਕੰਪਲੇਂਟ ਦਿੱਤੀ ਹੈ ਸਰ, ਉਹਨਾਂ ਨੇ ਮਲਿਕ ਸਾਹਿਬ ਨੂੰ ਮਾਰਕ ਕੀਤੀ ਹੈ ਜੀ ADCP ਸਿਟੀ 2 ਨੂੰ। ਅਸੀਂ ਪੁਲਿਸ ਪ੍ਰਸ਼ਾਸਨ ਕਮਿਸ਼ਨਰ ਸਾਹਿਬ ਨੂੰ ਮੰਗ ਕਰਦੇ ਹਾਂ ਵੀ ਇਹ ਗਰੀਬ ਪਰਿਵਾਰ ਹੈ, ਇਹਨਾਂ ਨੂੰ ਇਨਸਾਫ ਦਵਾਇਆ ਜਾਵੇ, ਜਿਹੜੀ ਕਾਰਵਾਈ ਆ ਮਾਲਕ 'ਤੇ ਕੀਤੀ ਜਾਵੇ, ਔਰ ਜੇ ਹਸਪਤਾਲ ਵਾਲੇ ਜਿਹੜਾ ਨਹੀਂ ਮਤਲਬ ਇਹਨਾਂ ਨੂੰ ਰਿਕਾਰਡ ਦਿੰਦਾ, ਬੰਦ ਦੀ ਕਾਰਵਾਈ ਉਹਨਾਂ 'ਤੇ ਵੀ ਕੀਤੀ ਜਾਵੇ। ਠੀਕ ਹੈ।